ਸਤ ਸ੍ਰੀ ਅਕਾਲ ਸਾਰਿਆਂ ਨੂੰ ਮਾਸਟਰ ਕੇਡਰ ਯੂਨੀਅਨ ਚੈਨਲ ਤੇ ਤੁਹਾਡਾ ਸਵਾਗਤ ਹੈ ਸਵੇਰ ਤੋਂ ਹੀ ਬਹੁਤ ਸਾਰੇ ਸਾਥੀ ਇੰਤਜ਼ਾਰ ਕਰ ਰਹੇ ਸੀਗੇ ਕਿ ਅੱਜ ਜੋ ਬੀਐਡ ਟੈਟ ਪਾਸ ਬੇਰੁਜ਼ਗਾਰ ਅਧਿਆਪਕ ਯੂਨੀਅਨ ਦੀ ਇੱਕ ਮੀਟਿੰਗ ਬਹੁਤ ਹੀ ਅਹਿਮ ਮੀਟਿੰਗ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਸ ਜੀ ਦੇ ਨਾਲ ਹੋਣੀ ਹੈ ਤੇ ਇਹ ਮੀਟਿੰਗ ਕਦੋਂ ਤੱਕ ਹੋਊਗੀ ਤੇ ਮੀਟਿੰਗ ਦੇ ਵਿੱਚ ਕੀ ਗੱਲਬਾਤ ਹੋਊਗੀ ਕਾਫੀ ਸਾਰੇ ਸਾਥੀਆਂ ਦੇ ਮੈਸੇਜ ਵੀ ਆ ਰਹੇ ਸੀਗੇ ਕਾਲਸ ਵੀ ਆ ਰਹੇ ਸੀਗੇ ਇੱਕੇ ਸਰ ਜਦੋਂ ਕੋਈ ਮੀਟਿੰਗ ਹੁੰਦੀ ਹੈ ਉਸ ਦੀ ਅਪਡੇਟ ਆ ਜਿਹੜੀ ਤੁਸੀਂ ਚੈਨਲ ਤੇ ਅਪਲੋਡ ਕਰਦੇ ਹੋ ਜਦੋਂ ਵੀ ਮੀਟਿੰਗ ਹੁੰਦੀ ਹੈ ਕੀ ਅਪਡੇਟ ਆਈ ਹੈ ਤਾਂ ਬੀਐਡ ਵਾਲੇ ਸਾਥੀ ਨੇ ਜੋ ਮਾਸਟਰ ਕੇਟਰ ਦੀ ਤਿਆਰੀ ਕਰਦੇ ਨੇ ਜਾਂ ਜੋ ਲੈਕਚਰਾਰ ਦੇ ਪੇਪਰ ਦੀ ਤਿਆਰੀ ਕਰ ਰਹੇ ਨੇ ਉਹਨਾਂ ਲਈ ਇੱਕ ਬਹੁਤ ਹੀ ਪੋਜ਼ਿਟਿਵ ਜਾਂ ਇੱਕ ਖੁਸ਼ੀ ਵਾਲੀ ਅਪਡੇਟ ਆਪਾਂ ਅੱਜ ਦੀ ਕਹਿ ਸਕਦੇ ਹਾਂ ਬਹੁਤ ਹੀ ਪੋਜ਼ਿਟਿਵ ਮੀਟਿੰਗ ਆ ਜਿਹੜੀ ਅੱਜ ਦੀ ਸਿੱਖਿਆ ਮੰਤਰੀ ਜੀ ਦੇ ਨਾਲ ਰਹੀ ਹੈ ਇਸ ਮੀਟਿੰਗ ਦੇ ਵਿੱਚ ਤੁਹਾਨੂੰ ਜਿਹੜੀ ਪੂਰੀ ਜਾਣਕਾਰੀ ਹੈ ਉਹ ਦਿੱਤੀ ਜਾਊਗੀ ਨਵੀਂ ਭਰਤੀ ਸਬੰਧ ਦੇ ਵਿੱਚ ਤੇ 55% ਦੀ ਰੱਦ ਕਰਨ ਦੇ ਸਬੰਧ ਦੇ ਵਿੱਚ ਤੇ ਲੈਕਚਰਾਰ ਦੇ ਜਿਹੜਾ ਸਬਜੈਕਟ ਕੰਬੀਨੇਸ਼ਨ ਦਾ ਜਾਂ ਲੈਕਚਰਾਰ ਦੇ ਪੇਪਰ ਦੇ ਸਬੰਧ ਦੇ ਵਿੱਚ ਕਿਉਂਕਿ ਬਹੁਤ ਜ਼ਿਆਦਾ ਆਪਾਂ ਇਹਨੂੰ ਪੋਜ਼ਿਟਿਵ ਮੀਟਿੰਗ ਕਰ ਸਕਦੇ ਹਾਂ ਜਦੋਂ ਜਦੋਂ ਤੁਸੀਂ ਇਹਦੀ ਅਪਡੇਟ ਸੁਣੋਗੇ ਤੁਸੀਂ ਖੁਦ ਹੈਰਾਨ ਹੋਵੋਗੇ ਕਿ ਇੰਨੀ ਜ਼ਿਆਦਾ ਜਿਹੜੀ ਸਿੱਖਿਆ ਮੰਤਰੀ ਜੀ ਵੱਲੋਂ ਜਿਹੜੀ ਅਪਡੇਟ ਦਿੱਤੀ ਗਈ ਹੈ ਖਾਸ ਕਰਕੇ ਲੈਕਚਰਾਰ ਦੀ ਭਰਤੀ ਸਬੰਧੀ ਕਿਉਂਕਿ ਲੈਕਚਰਾਰ ਦੀ ਜਿਹੜੀ ਭਰਤੀ ਆ ਉਹ ਰੱਦ ਕੀਤੀ ਜਾਊਗੀ ਇਹ ਅਪਡੇਟ ਤੁਹਾਨੂੰ ਇਸ ਮੀਟਿੰਗ ਇਸ ਵੀਡੀਓ ਦੇ ਵਿੱਚ ਆਪਾਂ ਦੇਵਾਂਗੇ ਇਸ ਕਰਕੇ ਇਸ ਵੀਡੀਓ ਨੂੰ ਬੇਸ਼ੱਕ ਮੈਂ ਹਰ ਵੀਡੀਓ 'ਚ ਕਹਿਣਾ ਹੁੰਦਾ ਕਿ ਤੁਸੀਂ ਵੀਡੀਓ ਲਾਸਟ ਤੱਕ ਧਿਆਨ ਨਾਲ ਸੁਣਿਓ ਪਰ ਇਸ ਵੀਡੀਓ ਨੂੰ ਖਾਸ ਕਰਕੇ ਤੁਸੀਂ ਲਾਸਟ ਤੱਕ ਧਿਆਨ ਨਾਲ ਸੁਣਿਓ ਕੱਲਾ ਕੱਲਾ ਸ਼ਬਦ 7-8 ਮਿੰਟ ਦੀ ਵੀਡੀਓ ਹੋਊਗੀ ਲੰਬੀ ਇਹ ਤੇ ਦੂਸਰਾ ਜਿਹੜੇ-ਜਿਹੜੇ ਸਾਥੀ ਚੈਨਲ ਤੇ ਨਵੇਂ ਆ ਜਿਨ੍ਹਾਂ ਨੇ ਚੈਨਲ ਨੂੰ ਹਲੇ ਤੱਕ ਵੀ ਸਬਸਕ੍ਰਾਈਬ ਨਹੀਂ ਕੀਤਾ ਤਾਂ ਉਹ ਮਾਸਟਰ ਕੈਟਰਰ ਯੂਨੀਅਨ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਬਟਨ ਪ੍ਰੈਸ ਕਰ ਦਿਓ ਤਾਂ ਕਿ ਤੁਹਾਡੇ ਤੱਕ ਸਿੱਖਿਆ ਵਿਭਾਗ ਦੀ ਜਾਂ ਮਾਸਟਰ ਕੈਟਰਰ ਦੀ ਜਾਂ ਲੈਕਚਰਾਰ ਕੈਟਰਰ ਦੀ ਕੋਈ ਵੀ ਅਪਡੇਟ ਆਉਂਦੀ ਹੈ ਜਿਵੇਂ ਕਿ ਅੱਜ ਦੀ ਅਪਡੇਟ ਆਈ ਹੈ ਉਮੀਦ ਕਰਦੇ ਹਾਂ ਕਿ ਸਭ ਤੋਂ ਪਹਿਲਾਂ ਆਪਾਂ ਹੀ ਤੁਹਾਨੂੰ ਜਾਣਕਾਰੀ ਦੇ ਰਹੇ ਹਾਂ ਕਿਉਂਕਿ ਆਪਣੇ ਕੋਲੇ ਸਾਰੀ ਅਪਡੇਟ ਹੈ ਜਿਹੜੀ ਆਉਂਦੀ ਰਹਿੰਦੀ ਹੈ ਸਿੱਖਿਆ ਵਿਭਾਗ ਦੀ ਇਸ ਕਰਕੇ ਤੁਹਾਡੇ ਤੱਕ ਜਾਣਕਾਰੀ ਦਿੰਦੇ ਰਹਨੇ ਆ ਚੈਨਲ ਇਹ ਤੁਹਾਡੇ ਲਈ ਬਹੁਤ ਹੈਲਪਫੁਲ ਰਹੂਗਾ ਇਸ ਕਰਕੇ ਇਹਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਬਟਨ ਪ੍ਰੈ ਤੇ ਨਾਲ ਹੀ ਆਪਣੇ ਦੋ ਗਰੁੱਪ ਬਣੇ ਹੋਏ ਆ ਟੈਲੀਗ੍ਰਾਮ ਤੇ ਵੀ ਅਤੇ ਵਟਸਐਪ ਤੇ ਵੀ ਦੋਨੇ ਜਗ੍ਹਾ ਤੇ ਆਪਣੇ ਜਿਹੜੇ ਗਰੁੱਪ ਬਣੇ ਹੋਏ ਆ ਉਹਨਾਂ ਗਰੁੱਪਾਂ ਨੂੰ ਤੁਸੀਂ ਜੁਆਇਨ ਕਰ ਲਿਓ ਉਹਦੇ ਲਿੰਕ ਤੁਹਾਨੂੰ ਮਿਲਣਗੇ ਵੀਡੀਓ ਦੇ ਕਮੈਂਟ ਬਾਕਸ ਦੇ ਵਿੱਚ ਅਤੇ ਡਿਸਕ੍ਰਿਪਸ਼ਨ ਬਾਕਸ ਜਦੋਂ ਵੀਡੀਓ ਦੇ ਨੀਚੇ ਤੁਸੀਂ ਵੀਡੀਓ ਨੂੰ ਚਲਦੀ ਵੀਡੀਓ ਦੇ ਨੀਚੇ ਕਮੈਂਟ ਨੂੰ ਓਪਨ ਕਰੋਗੇ ਤਾਂ ਕਮੈਂਟਸ ਦੇ ਵਿੱਚ ਬਲੂ ਕਲਰ ਦੇ ਦੋ ਲਿੰਕ ਜਿਹੜੇ ਪੈਨ ਕੀਤੇ ਹੋਣਗੇ ਵਟਸਐਪ ਦਾ ਤੇ ਟੈਲੀਗ੍ਰਾਮ ਦਾ ਸਾਰੇ ਸਾਥੀ ਉਹਨਾਂ ਗਰੁੱਪਾਂ ਨੂੰ ਜੁਆਇਨ ਕਰ ਲਿਓ ਉੱਥੇ ਤੁਹਾਨੂੰ ਹਰ ਇੱਕ ਅਪਡੇਟ ਆ ਜਿਹੜੀ ਉਹ ਮਿਲਦੀ ਰਹੂਗੀ ਤਾ ਅੱਜ ਦੀ ਬਹੁਤ ਪੋਜ਼ਿਟਿਵ ਜਿਹੜੀ ਮੀਟਿੰਗ ਰਹੀ ਹੈ ਉਹਦੀ ਜਾਣਕਾਰੀ ਤੁਹਾਨੂੰ ਦੇਣ ਤੋਂ ਪਹਿਲਾਂ ਇੱਕ ਤੋਂ ਬੇਨਤੀਆਂ ਨੇ ਉਹ ਬੇਨਤੀ ਇੱਕ ਤਾਂ ਇਹ ਹੈ ਕਿ ਕਾਫੀ ਸਾਰੇ ਸਾਥੀ ਕਹਿੰਦੇ ਨੇ ਸੌਰੀ ਜਿਨ੍ਹਾਂ ਦਾ ਜਿਨ੍ਹਾਂ ਨੂੰ ਲੱਗਦਾ ਕਿ ਸਾਡਾ ਟਾਈਮ ਖਰਾਬ ਹੁੰਦਾ ਵੀਡੀਓ ਦੇਖ ਕੇ ਜਾਂ ਸਾਡੇ ਵੱਲੋਂ ਜ਼ਿਆਦਾ ਗੱਲਾਂ ਕੀਤੀਆਂ ਜਾਂਦੇ ਨੇ ਅਪਡੇਟ ਘਟਾ ਦਿੱਤੀ ਜਾਂਦੀ ਹੈ ਤਾਂ ਉਹ ਮੇਰਾ ਵੀਰ ਇਸ ਵੀਡੀਓ ਨੂੰ ਨਾ ਦੇਖਣਾ ਤੇ ਉਹ ਵੀਡੀਓ ਨੂੰ ਜਿਹੜਾ ਅ ਸੌਰੀ ਮੇਰੇ ਚੈਨਲ ਨੂੰ ਅਨਸਬਸਕ੍ਰਾਈਬ ਵੀ ਕਰ ਸਕਦੇ ਆ ਕਿਉਂਕਿ ਮੈਨੂੰ ਨਾ ਕਾਫੀ ਦਿਨਾਂ ਤੋਂ ਨੈਗੇਟਿਵ ਜਿਹਾ ਕਮੈਂਟ ਮਿਲ ਰਹੇ ਸੀਗੇ ਸਾਥੀ ਕਹਿ ਦਿੰਦੇ ਸੀ ਕਿ ਸਰ ਕੋਈ ਪੋਜ਼ਿਟਿਵਿਟੀ ਵਾਲਾ ਤਾਂ ਇਨਫੋਰਮੇਸ਼ਨ ਆਈ ਨਹੀਂ ਦੇਖੋ ਅੱਜ ਪੋਜ਼ਿਟਿਵਿਟੀ ਵਾਲੀ ਇਨਫੋਰਮੇਸ਼ਨ ਆਈ ਹੈ ਤਾਂ ਅੱਜ ਮੈਂ ਤੁਹਾਨੂੰ ਨਾਲ ਸਾਂਝੀ ਵੀ ਕਰ ਰਿਹਾ ਇਸ ਤੋਂ ਪਹਿਲਾਂ ਡਿਪਾਰਟਮੈਂਟ ਵੱਲੋਂ ਲਗਾਤਾਰ ਨੈਗੇਟਿਵਿਟੀ ਦੀ ਜਿਹੜੀ ਅਪਡੇਟ ਆਉਂਦੀ ਸੀ ਕਿ ਕੋਈ ਭਰਤੀ ਨਹੀਂ ਹੋਣੀ ਕੋਈ ਸ਼ਰਤ ਨਹੀਂ ਰੱਦ ਹੋਣੀ ਜਾਂ ਲੈਕਚਰਰ ਸਬੰਧੀ ਮੈਂ ਨਿੱਕੀ-ਨਿੱਕੀ ਅਪਡੇਟ ਤੇ ਵੀ ਵੀਡੀਓ ਬਣਾ ਕੇ ਤੁਹਾਨੂੰ ਸਾਰੀ ਜਾਣਕਾਰੀ ਦਿੰਦਾ ਰਿਹਾ ਪਰ ਕ ਕਈ ਕਹਿੰਦੇ ਨੇ ਕਿ ਸਾਡੇ ਕੋਲ ਤਾਂ ਇਹ ਅਪਡੇਟ ਪਹਿਲਾਂ ਹੀ ਪਹੁੰਚ ਚੁੱਕੀ ਆ ਮੈਂ ਉਹਨਾਂ ਨੂੰ ਦੱਸਣਾ ਚਾਹੁੰਨਾ ਕਿ ਉਹਨਾਂ ਲਈ ਇਹ ਵੀਡੀਓ ਨਹੀਂ ਬਣਾਈ ਗਈ ਹੁੰਦੀ ਜਿਨ੍ਹਾਂ ਨੂੰ ਲੱਗਦਾ ਕਿ ਸਾਡੇ ਲਈ ਵੀਡੀਓ ਨਹੀਂ ਬਣੀ ਉਹ ਪਲੀਜ਼ ਮੇਰੀ ਵੀਡੀਓ ਨਾ ਦੇਖਿਆ ਕਰੋ ਜਿਨ੍ਹਾਂ ਨੂੰ ਲੱਗਦਾ ਮੇਰਾ ਟਾਈਮ ਖਰਾਬ ਹੁੰਦਾ ਉਹ ਵੀ ਮੇਰੀ ਵੀਡੀਓ ਨਾ ਦੇਖਿਆ ਕਰੋ ਮੇਰੀ ਵੀਡੀਓ ਸਿਰਫ ਉਹ ਹੀ ਦੇਖਿਆ ਕਰੋ ਜਿਨ੍ਹਾਂ ਨੂੰ ਲੱਗਦਾ ਕਿ ਹਾਂ ਅਸੀਂ ਸੱਚੇ ਦਿਲੋਂ ਮਾਸਟਰ ਕੁਕੈਟਰ ਦੀ ਤਿਆਰੀ ਕਰ ਰਹੇ ਹਾਂ ਜਾਂ ਲੈਕਚਰਰ ਦੀ ਤਿਆਰੀ ਕਰ ਰਹੇ ਹਾਂ ਹੋ ਸਕਦਾ ਮੇਰੇ ਤੋਂ ਕਈ ਵਾਰੀ ਘਟੀਆ ਵੀਡੀਓ ਵੀ ਬਣ ਜੇ ਮੈਨੂੰ ਨਹੀਂ ਪਤਾ ਕਿ ਮੇਰੀ ਸਾਰੀ ਵੀਡੀਓ ਸਹੀ ਹੁੰਦੀ ਨੇ ਪਰ ਹਾਲਾਂਕਿ ਮੈਂ ਵਿਧਧਪਰੂਫ ਵੀਡੀਓ ਬਣਾਉਣਾ ਹੁੰਦਾ ਕੋਈ ਵੀ ਫੇਕ ਵੀਡੀਓ ਆਪਣੇ ਕੋਲੇ ਨਹੀਂ ਆਉਂਦੀ ਨਾ ਮੈਂ ਫੇਕ ਵੀਡੀਓ ਅਪਲੋਡ ਕਰਾਂ ਜਿਹੜੇ 37 38000 ਮੇਰੇ ਨਾਲ ਕੀਡਰ ਜੁੜਿਆ ਉਹ ਇਸੇ ਗੱਲ ਕਰਕੇ ਜੁੜਿਆ ਕਿ ਇਹ ਮੇਰੇ ਕੋਲੇ ਇਨਫੋਰਮੇਸ਼ਨ ਬਕਾਇਦਾ ਇਨਫੋਰਮੇਸ਼ਨ ਆਉਂਦੀ ਹੈ ਮੇਰੇ ਕੋਲੇ ਡਿਪਾਰਟਮੈਂਟ ਵੱਲੋਂ ਤਾਂ ਇਹ ਤਾਂ ਗੱਲਬਾਤ ਉਹਨਾਂ ਲਈ ਸੀ ਹੁਣ ਗੱਲ ਮੈਂ ਕਰਦਾ ਅੱਜ ਦੀ ਬਹੁਤ ਪੋਜ਼ਿਟਿਵ ਮੀਟਿੰਗ ਬਾਰੇ ਕਿਉਂਕਿ ਮੈਂ ਤੁਹਾਨੂੰ ਦੱਸਣਾ ਚਾਹੁੰਨਾ ਕਿ ਸਭ ਤੋਂ ਪਹਿਲਾਂ ਤਾਂ ਜਦੋਂ ਸਿੱਖਿਆ ਮੰਤਰੀ ਜਿਵੇਂ ਤੁਸੀਂ ਸਕਰੀਨ ਤੇ ਵੀ ਫੋਟੋ ਦੇਖ ਰਹ ਅਮਨ ਸੇਖਾ ਬਾਈ ਗੁਰਪ੍ਰੀਤ ਪੱਕਾ ਕਲਾਂ ਜਿਹੜਾ ਵੀਆ ਟਟਪਸ ਯੂਨੀਅਨ ਜੇ ਜਿਹੜੇ ਯੂਨੀਅਨ ਦੇ ਪ੍ਰਧਾਨ ਨੇ ਗਗਨ ਮੈਡਮ ਜਾਂ ਇੱਕ ਦੋ ਹੋਰ ਸਾਥੀ ਮੀਟਿੰਗ ਦੇ ਵਿੱਚ ਗਏ ਨੇ ਤੁਸੀਂ ਫੋਟੋ ਵੀ ਦੇਖ ਰਹੇ ਹੋ ਤਾਂ ਮੀਟਿੰਗ ਦੇ ਵਿੱਚ ਸਭ ਤੋਂ ਪਹਿਲਾਂ ਨਵੀਂ ਭਰਤੀ ਅਤੇ 55% ਦੀ ਸ਼ਰਤ ਬਾਰੇ ਜਦੋਂ ਗੱਲਬਾਤ ਕੀਤੀ ਗਈ ਤਾਂ ਉੱਥੇ ਸਿੱਖਿਆ ਮੰਤਰੀ ਜੀ ਵੱਲੋਂ ਇਹ ਕਿਹਾ ਗਿਆ ਕਿ ਜਿਹੜੀ ਤੁਹਾਡੀ ਇਹ ਮੰਗਾ ਇਹਦਾ ਅਸੀਂ ਹੱਲ ਆ ਜਿਹੜਾ ਬਹੁਤ ਜਲਦੀ ਕਰਨ ਜਾ ਰਹੇ ਹਾਂ ਤੇ ਇਹਦੇ ਤੇ ਕੰਮ ਚੱਲ ਰਿਹਾ ਹੈ ਜਾਨੀ ਕਿ ਜਿਹੜਾ ਉਹਨਾਂ ਨੇ ਕਿਹਾ ਕਿ ਨਵੀਂ ਭਰਤੀ ਤੇ 55% ਦੀ ਸ਼ਰਤ ਤੇ ਉਹਨਾਂ ਨੇ ਕਿਹਾ ਕਿ ਜਲਦੀ ਹੱਲ ਕਰ ਰਹੇ ਹਾਂ ਤੁਹਾਡਾ ਜਾਨੀ ਕਿ ਜਿਹੜਾ 55% ਦੀ ਸ਼ਰਤ ਦੇ ਸਬੰਧ ਵਿੱਚ ਜੇਕਰ ਆਪਾਂ ਥੋੜੀ ਪੋਜ਼ਿਟਿਵਿਟੀ ਵਾਲੀ ਗੱਲ ਸੋਚੀਏ ਤਾਂ ਸਿੱਖਿਆ ਮੰਤਰੀ ਵੱਲੋਂ ਅੱਜ ਵਧੀਆ ਹੰਗਾਰਾ ਮਿਲਿਆ ਕਿ ਤੁਹਾਡਾ ਹੱਲ ਅਸੀਂ ਕਰ ਰਹੇ ਹਾਂ ਤੇ ਨਵੀਂ ਭਰਤੀ ਤਾਂ ਦੇਖੋ ਉਹਨਾਂ ਨੇ ਪਹਿਲੀ ਅਨਾਉਂਸ ਕਰਤਾ ਸੀਗਾ ਕਿ ਭਰਤੀ ਜਿਹੜੀ ਕੈਲੰਡਰ ਅਨੁਸਾਰ ਅਸੀਂ ਜਾਰੀ ਕਰਾਂਗੇ ਬਹੁਤ ਜਲਦੀ ਭਰਤੀਆਂ ਤਿਆਰ ਨੇ ਤੇ ਬਹੁਤ ਜਲਦੀ ਆ ਰਹੀਆਂ ਨੇ ਪਰ ਇੱਥੇ ਦੇਖਣਾ ਇਹ ਬਣੂਗਾ ਜਿਵੇਂ ਇੱਕ ਨਾ ਇੱਕ ਦੋ ਵੀਡੀਓ ਵਾਇਰਲ ਹੋ ਰਹੀਆਂ ਨੇ ਇੱਕ ਦੋ ਪੋਸਟਾਂ ਕਿ ਪੋਸਟਾਂ ਕਿੰਨੀਆਂ ਕਿੰਨੀਆਂ ਆ ਰਹੀਆਂ ਨੇ ਤਾਂ ਜੇਕਰ ਆਪਾਂ ਉਥੋਂ ਆਈਡੀਆ ਲਈਏ ਤਾਂ ਪੋਸਟਰ ਕਿਉਂਕਿ ਹਰ ਸਾਲ ਹੁਣ ਪੋਸਟ ਆਉਣੀਆਂ ਤਾਂ ਪੋਸਟਾਂ ਦੀ ਗਿਣਤੀ ਬਹੁਤ ਘਟਾਊਗੀ ਜਿਹਦਾ ਖਾਸ ਕਰਕੇ ਨੁਕਸਾਨ ਹੋਊਗਾ ਆਪਣਾ ਐਸਐਸਟੀ ਪੰਜਾਬੀ ਦੇ ਹਿੰਦੀ ਵਾਲਿਆਂ ਨੂੰ ਪਰ ਇਹ ਇਹ ਮੈਂ ਤੁਹਾਨੂੰ ਵੀਡੀਓ ਦੇ ਐਂਡ 'ਚ ਦੱਸੂਗਾ ਇਹਦਾ ਰੀਜ਼ਨ ਵੀ ਆਪਾਂ ਨੂੰ ਨੁਕਸਾਨ ਕਿੱਦਾਂ ਹੋਊਗਾ ਪੋਸਟਾਂ ਕਿੰਨੀਆਂ ਘਟ ਆਉਣਗੀਆਂ ਤਾਂ ਜਿਹੜੀ ਅੱਜ ਦੀ ਸਭ ਤੋਂ ਵੱਡੀ ਅਪਡੇਟ ਆ ਹੁਣ ਉਹਦੇ ਬਾਰੇ ਤੁਹਾਨੂੰ ਦੱਸਦਾ ਲੈਕਚਰਾਰ ਗੇਡਰ ਬਾਰੇ ਤਾਂ ਲੈਕਚਰਰ ਅਕੈਡਰ ਬਾਰੇ ਸਿੱਖਿਆ ਮੰਤਰੀ ਜੀ ਨੇ ਜਦੋਂ ਪੁੱਛਿਆ ਗਿਆ 343 ਪੋਸਟਾਂ ਵਾਲਾ ਕਿ ਸਰ ਐਸਐਸਟੀ ਨੂੰ ਕਨਸਿਡਰ ਕਰਕੇ ਪੇਪਰ ਨੂੰ ਜਲਦੀ ਤੋਂ ਜਲਦੀ ਲਿਆਇਆ ਜਾਵੇ ਤਾਂ ਸਿੱਖਿਆ ਮੰਤਰੀ ਵੱਲੋਂ ਇਹ ਉੱਥੇ ਕਿਹਾ ਗਿਆ ਕਿ 343 ਲੈਕਚਰਰ ਦੀ ਭਰਤੀ ਬਾਰੇ ਉਹਨਾਂ ਨੇ ਕਿਹਾ ਕਿ ਇਸ ਭਰਤੀ ਨੂੰ ਰੱਦ ਕਰਕੇ ਡੇਢ ਮਹੀਨੇ ਦੇ ਅੰਦਰ ਤਕਰੀਬਨ 1000 ਕਰੀਬ ਲੈਕਚਰਰ ਦੀ ਨਵੀਂ ਭਰਤੀ ਜਿਹੜੀ ਜਾਰੀ ਕੀਤੀ ਜਾਊਗੀ ਯਾਨੀ ਕਿ 343 ਪੋਸਟਾਂ ਦੀ ਭਰਤੀ ਰੱਦ ਕਰਕੇ 1000 ਲੈਕਚਰਰ ਦੀ ਨਵੀਂ ਭਰਤੀ ਜਿਹੜੀ ਉਹ ਤਕਰੀਬਨ ਡੇਢ ਮਹੀਨੇ ਦੇ ਵਿੱਚ ਵਿੱਚ ਦਿੱਤੀ ਜਾਊਗੀ ਤਾਂ ਇੱਥੋਂ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਕਿ ਜੇਕਰ ਮਾਸਟਰ ਕੇਟਰ ਦੀ ਵੀ ਭਰਤੀ ਜਾਂ ਲੈਕਚਰਰਾਂ ਦੀ ਭਰਤੀ ਦੀ ਆਪਾਂ ਗੱਲ ਕਰੀਏ ਤਾਂ ਉਹ ਇਹ ਭਰਤੀਆਂ ਲਗਭਗ ਡੇਢ ਮਹੀਨੇ ਦੇ ਵਿੱਚ ਵਿੱਚ ਜਿਹੜਾ ਨੋਟੀਫਿਕੇਸ਼ਨ ਜਾਰੀ ਹੋਣ ਦੀ ਉਮੀਦ ਹੈਗੀ ਹੈ ਜਾਨਕਿ ਹੁਣ ਸਪਟੰਬਰ ਖਤਮ ਹੋਣ ਵਾਲਾ ਅਕਤੂਬਰ ਮੈਂ ਕਾਫੀ ਟਾਈਮ ਤੋਂ ਕਹਿ ਰਿਹਾ ਸੀ ਕਿ ਨਵੰਬਰ ਤੱਕ ਭਰਤੀ ਆ ਸਕਦੀ ਹੈ ਜਾਨਕਿ ਜਿਹੜੇ ਨਵੰਬਰ ਦੇ ਮਿਡ ਚ ਜਾ ਕੇ ਕਿਤੇ ਨਾ ਕਿਤੇ ਨੋਟੀਫਿਕੇਸ਼ਨ ਹੈ ਜਿਹੜਾ ਲੈਕਚਰਰ ਦਾ ਜਾਰੀ ਹੋ ਸਕਦਾ ਹੈ ਇਸ ਭਰਤੀ ਨੂੰ ਉਹਨਾਂ ਨੇ ਖੁਦ ਦਿਖੋ ਇਹ ਮੇਰੀ ਕੋਈ ਲੈਂਗੁਏਜ ਨਹੀਂ ਮੈਂ ਕੋਈ ਆਪਣੇ ਵੱਲੋਂ ਨਹੀਂ ਦੱਸਿਆ ਬਹੁਤ ਵੱਡੀ ਪੋਜ਼ਿਟਿਵਿਟੀ ਵਾਲੀ ਆਪਾਂ ਕਹਿ ਸਕਦੇ ਹਾਂ ਮੰਗ ਕਿ 343 ਪੋਸਟਾਂ ਰੱਦ ਕਰਕੇ ਹਜ਼ਾਰ ਦੀ ਨਵੀਂ ਭਰਤੀ ਸਿੱਖਿਆ ਮੰਤਰੀ ਵੱਲੋਂ ਡਿਪਾਰਟਮੈਂਟ ਵੱਲੋਂ ਦਿੱਤੀ ਜਾ ਰਹੀ ਹੈ ਇਸ ਦੇ ਨਾਲ ਨਾਲ ਜਿਹੜਾ ਸਬਜੈਕਟ ਕੰਬੀਨੇਸ਼ਨ ਦਾ ਮੁੱਦਾ ਹੈ ਜਾਨਕਿ ਜੇਕਰ ਹਜ਼ਾਰ ਪੋਸਟਾਂ ਆ ਵੀ ਗਈਆਂ ਤਾਂ ਹੋ ਸਕਦਾ ਉਹਦੇ ਵਿੱਚ ਸਬਜੈਕਟ ਕੰਬੀਨੇਸ਼ਨ ਦਾ ਨਾ ਕਿਤੇ ਚੱਕਰ ਰਹਿ ਜੇ ਤਾਂ ਸਬਜੈਕਟ ਕੰਬੀਨੇਸ਼ਨ ਦੇ ਚੱਕਰ ਦੇ ਵਿੱਚ ਉਹਨਾਂ ਨੇ ਇਹ ਕਿਹਾ ਕਿ ਇੱਕ ਕਮੇਟੀ ਬਠਾਈ ਹੋਈ ਹੈ ਇਸ ਸਬਜੈਕਟ ਕੰਬੀਨੇਸ਼ਨ ਦੇ ਮੁੱਦੇ ਤੇ ਲੈਕਚਰਰ ਕੰਬੀਨੇਸ਼ਨ ਬਾਰੇ ਕਮੇਟੀ ਬਠਾਈ ਹੋਈ ਹੈ ਜੋ ਕਿ ਇੱਕ ਮਹੀਨੇ ਦੇ ਵਿੱਚ ਤੁਹਾਨੂੰ ਰਿਪੋਰਟ ਦੇ ਦੋਗੀ ਜਾਨਕਿ ਇੱਕ ਮਹੀਨੇ ਦੇ ਵਿੱਚ ਸਬਜੈਕਟ ਕੰਬੀਨੇਸ਼ਨ ਵਾਲਾ ਮਸਲਾ ਹੱਲ ਹੋ ਜਾਊਗਾ ਕਨਸਿਡਰ ਕੀਤਾ ਜਾਊਗਾ ਜਾਂ ਨਹੀਂ ਕੀਤਾ ਜਾਊਗਾ ਇਹ ਤਾਂ ਬਾਅਦ ਦੀ ਗੱਲ ਹੈ ਪਰ ਮਹੀਨੇ ਦੇ ਵਿੱਚ ਮਸਲਾ ਹੱਲ ਹੋ ਕੇ ਲਗਭਗ ਡੇਢ ਮਹੀਨੇ ਦੇ ਵਿੱਚ ਵਿੱਚ ਨਵਾਂ ਨੋਟੀਫਿਕੇਸ਼ਨ ਆ ਜਿਹੜਾ 1000 ਪੋਸਟ ਦਾ ਜਾਰੀ ਹੋਊਗਾ ਇਹ ਅੱਜ ਸਿੱਖਿਆ ਮੰਤਰੀ ਜੀ ਦਾ ਬਿਆਨ ਹੈ ਮੀਟਿੰਗ ਦੇ ਵਿੱਚ ਤਾਂ ਹੁਣ ਮੈਂ ਤੁਹਾਨੂੰ ਦੱਸਣਾ ਚਾਹੁੰਨਾ ਜਿਹੜਾ ਮੈਂ ਮਾਸਟਰ ਕੈਡਰ ਬਾਰੇ ਕਿਹਾ ਸੀ ਕਿ ਮਾਸਟਰ ਕੈਡਰ ਦੇ ਵਿੱਚ 1000 ਪੋਸਟ ਆਪਣਾ ਸੋਰੀ ਮਾਸਟਰ ਕੈਡਰ ਦੇ ਵਿੱਚ ਪੋਸਟਾਂ ਘਟਾਉਣੀਆਂ ਆ ਉਹਦਾ ਮੈਂ ਰੀਜ਼ਨ ਤੁਹਾਨੂੰ ਦੱਸਿਆ ਕਿ ਹਰ ਸਾਲ ਭਰਤੀ ਆਉਗੀ ਜਿੰਨੀ ਕਿ ਰਿਟਾਇਰਮੈਂਟ ਹੋਊਗੀ ਜਾਂ ਜਿੰਨੀਆਂ ਕਿ ਪੋਸਟਾਂ ਖਾਲੀ ਨੇ ਕਿਉਂਕਿ ਪਿਛਲੇ ਦਿਨੇ ਮੈਂ ਇੱਕ ਇਨਫੋਰਮੇਸ਼ਨ ਪਾਈ ਸੀ ਚੈਨਲ ਤੇ ਕਿ ਆਹ ਸਬਜੈਕਟ ਦੀਆਂ ਇੰਨੀ-ਇੰਨੀ ਪੋਸਟਾਂ ਖਾਲੀ ਨੇ ਪੰਜਾਬੀ ਦੀਆਂ ਮੈਂ ਦੱਸਿਆ ਸੀ ਕਿ ਲਗਭਗ 2600 ਪੋਸਟ ਖਾਲੀ ਪਈ ਐ ਤੇ ਮੈਥ ਦੀ ਅਪਰੋਕਸੀਮੇਟ 500 ਪੋਸਟ ਮੈਂ ਦੱਸੀ ਸੀ ਐਸਐਸਟੀ ਹਿੰਦੀ ਦਾ ਅੰਕੜੇ ਮੈਂ ਹਜੇ ਦੱਸਣੇ ਰਹ ਡਿਪਾਰਟਮੈਂਟ ਦੇ ਅੰਕੜੇ ਨੇ ਉਹਦੇ ਅਕੋਰਡਿੰਗ ਮੈਂ ਦੱਸਿਆ ਸੀ ਕਿੰਨੀਆਂ-ਕਿੰਨੀਆਂ ਪੋਸਟਾਂ ਖਾਲੀ ਨੇ ਤਾਂ ਹੁਣ ਜਿਹੜੀ ਨਵੀਂ ਭਰਤੀ ਆਊਗੀ ਦੇਖੋ ਭਰਤੀ ਤਾਂ ਤੁਹਾਨੂੰ ਵੀ ਪਤਾ ਮੈਨੂੰ ਵੀ ਪਤਾ ਵੀ ਭਰਤੀ ਤਾਂ ਆਜੂਗੀ ਬਹੁਤ ਜਲਦ ਚਲੋ ਮਹੀਨਾ ਡੇਢ ਮਹੀਨਾ 2 ਮਹੀਨੇ ਦੇ ਵਿੱਚ ਨੋਟੀਫਿਕੇਸ਼ਨ ਜਾਰੀ ਹੋ ਜਾਊਗਾ ਤੇ 55% ਦੀ ਸ਼ਰਤ ਵੀ ਜਿੱਦਾਂ ਅੱਜ ਸਿੱਖਿਆ ਮੰਤਰੀ ਜੀ ਨੇ ਕਿਹਾ ਕਿ ਹੱਲ ਹੋ ਸਕਦੀ ਹੈ ਤੇ ਜਲਦੀ ਹੱਲ ਕਰਾਂਗੇ ਪਰ ਗੱਲ ਇਹ ਆ ਵੀ ਆਪਾਂ ਸਾਰਿਆਂ ਨੇ ਘਰਾਂ 'ਚ ਨਹੀਂ ਬੈਠਣਾ ਕਿਉਂਕਿ ਆਪਣੀਆਂ ਦੋ ਯੂਨੀਅਨਾਂ ਸੀਗੀਆਂ ਤੇ ਦੋਨੇ ਯੂਨੀਅਨਾਂ ਇੱਕ ਹੋ ਚੁੱਕੀਆਂ ਨੇ ਹੁਣ ਇੱਕ ਤਾਂ ਮੇਰਾ ਵੀਰ ਵੀਡੀਓ ਨੂੰ ਵੱਧ ਤੋਂ ਵੱ ਸ਼ੁਰੂਜ ਕਰਨਾ ਭੁੱਲ ਗਿਆ ਕਿਉਂਕਿ ਇਹ ਵੀਡੀਓ ਅੱਜ ਦੀ ਬਹੁਤ ਖਾਸ ਵੀਡੀਓ ਆ ਤੇ ਹਰ ਇੱਕ ਕੈਡਰ ਦੇ ਹਰ ਇੱਕ ਸਾਥੀ ਤੱਕ ਜਰੂਰ ਪਹੁੰਚਾਓ ਇਸ ਵੀਡੀਓ ਨੂੰ ਤੇ ਜਿਨ੍ਹਾਂ ਨੂੰ ਕਾਫੀ ਸਾਰੇ ਸਾਥੀ ਆ ਜਿਹੜੇ ਮੇਰੇ ਤੇ ਨਹੀਂ ਯਕੀਨ ਕਰਦੇ ਚਲੋ ਮੈਂ ਕਿਸੇ ਤੋਂ ਕੁਝ ਨਹੀਂ ਲੈਣਾ ਜਿਹੜੇ ਨੈਗੇਟਿਵ ਬੋਲਦੇ ਆ ਉਹਦਾ ਵੀ ਮੈਨੂੰ ਕੋਈ ਰੀਜ਼ਨ ਨਹੀਂ ਦੇਖੋ ਜਿਹੜਾ ਦੋਨੇ ਯੂਨੀਅਨ ਆ ਹੁਣ ਇੱਕ ਹੋ ਚੁੱਕੇ ਨੇ ਤੇ ਆਪਾਂ ਸੰਘਰਸ਼ ਵਧੀਆ ਕਰ ਸਕਦੇ ਆ ਤੇ ਆਪਾਂ ਜਿੰਨਾ ਵੱਡਾ ਸੰਘਰਸ਼ ਜੇਕਰ ਆਪਾਂ 1 ਮਹੀਨੇ ਦੇ ਵਿੱਚ ਵੀ ਕਰ ਦਾਂਗੇ ਵੱਡੀ ਗਿਣਤੀ ਵਿੱਚ ਪੋਸਟਾਂ ਲੈਣ ਲਈ ਕਿਉਂਕਿ ਇਹ ਨਾ ਹੋਵੇ ਕਿ ਤੇ ਕੱਲ ਨੂੰ ਫੇਰ 3 300 400 ਪੋਸ ਤੇ ਕਿਡਰ ਹੈਗਾ ਐਸਐਸਟੀ ਦਾ 20-25000 ਪੰਜਾਬੀ ਦਾ ਵੀ ਤਕਰੀਬਨ 20 ਤੋਂ 25000 ਕਿਡਰ ਹੈ ਤੇ ਪੋਸਟਾਂ ਸਿਰਫ 300 ਜਾਂ 400 ਰਹਿ ਜਾਣਾ ਤਾਂ ਜੇਕਰ ਆਪਾਂ ਚਾਹੁੰਦੇ ਆ ਕਿਉਂਕਿ ਆਪਣੇ ਕੋਲ ਇੱਕ ਮੌਕਾ ਹੈਗਾ ਐਮਪੀ ਦੇ ਇਲੈਕਸ਼ਨ ਦਾ ਐਮਪੀ ਦੀ ਇਲੈਕਸ਼ਨ ਤੋਂ ਪਹਿਲਾਂ ਪਹਿਲਾਂ ਜੇਕਰ ਆਪਾਂ ਇੱਕ ਵੱਡੀ ਭਰਤੀ ਚਾਹੁੰਦੇ ਆ ਕਿ ਖਾਸ ਕਰਕੇ ਐਸਐਸਟੀ ਪੰਜਾਬੀ ਹਿੰਦੀ ਦੀਆਂ ਤਕਰੀਬਨ ਜਿਹੜਾ ਵੈਸੇ ਤਾਂ ਜੇ ਲੋ ਆਪਾਂ ਹਜ਼ਾਰ ਹਜ਼ਾਰ ਪੋਸਟ ਦੀ ਮੰਗ ਕਰਦੇ ਆ ਪਰ ਜੇ ਘੱਟੋ ਘੱਟ 800 800 ਪੋਸਟ ਵੀ ਕਿਤੇ ਨਾ ਕਿਤੇ ਆ ਜੇ ਤਾਂ ਆਪਾਂ ਇੱਕ ਬਹੁਤ ਵੱਡੀ ਪੋਜ਼ਿਟਿਵਿਟੀ ਸਮਝਾਂਗੇ ਕਿਉਂਕਿ ਉਹਦੇ ਨਾਲ ਇਹ ਹੋ ਜੂਗਾ ਵੀ ਆਪਾਂ ਕੰਪੀਟੀਸ਼ਨ 'ਚ ਬੈਠਣ ਵਾਲੇ ਹੋਵਾਂਗੇ ਕਿਤੇ ਇਹ ਨਾ ਹੋਵੇ ਇੱਕ ਨੰਬਰ ਤੇ ਜਿਹੜਾ ਉਹ ਘੱਟੋ ਘੱਟ 220 ਜਣਾ ਮੈਰਿਟ ਤੇ ਬੈਠਾ ਹੋਵੇ ਤੇ ਉਹੀ ਜਿਵੇਂ 37 ਜ਼ੀਰੋ ਚਾਰਜ ਹੋਇਆ ਸੀ ਕਿਤੇ ਇਹ ਨਾ ਹੋਵੇ ਕਿ 144 45 ਤੱਕ ਇਹ ਮੈਰਿਟ ਰੁਕ ਜੇ ਤੇ ਫਿਰ ਉਹੀ ਗੱਲ ਹੋਵੇ ਵੀ ਪੋਸਟਾਂ ਘੱਟ ਹੋਣ ਤੇ ਕੰਪੀਟੀਸ਼ਨ ਜ਼ਿਆਦਾ ਹੋ ਜੇ ਤਾਂ ਮੇਰੇ ਸਾਰੇ ਸਾਥੀਆਂ ਨੂੰ ਬੇਨਤੀ ਆ ਇੱਕ ਤਾਂ ਤੁਸੀਂ ਜਿਹੜੇ ਮੇਰੇ ਚੈਨਲ ਤੇ ਵੀਡੀਓ ਦੇਖ ਰਹੇ ਹੋ ਤੇ ਜੋ ਵੀ ਮੇਰਾ ਭੈਣ ਭਰਾ ਦੇਖ ਰਿਹਾ ਉਹ ਇਹ ਨਾ ਸਮਝੋ ਕਈ ਵਾਰੀ ਮੈਂ ਛੋਟੀ-ਛੋਟੀ ਇਨਫੋਰਮੇਸ਼ਨ ਵੀ ਪਾ ਦਣਾ ਤੁਹਾਨੂੰ ਇਹ ਲੱਗਦਾ ਹੁੰਦਾ ਵੀ ਪਤਨੀ ਯਾਰ ਬੀਚ ਚੈਨਲ ਵਾਲਾ ਬੰਦਾ ਇੰਨੀ ਛੋਟੀ ਇਨਫੋਰਮੇਸ਼ਨ ਪਾਈ ਜਾਂਦਾ ਪਤਾ ਨਹੀਂ ਇਹ ਵੈਸੇ ਹੀ ਪਕਾਈ ਮਾਰਦਾ ਜਾਂ ਵਿਊ ਲੈਣ ਦੇ ਖਾਤਰ ਦੇਖੋ ਮੇਰਾ ਵਿਊ ਲੈਣ ਦਾ ਕੋਈ ਮਤਲਬ ਨਹੀਂ ਹੈਗਾ ਮੇਰਾ ਸਿਰਫ ਇਹ ਹੁੰਦਾ ਵੀ ਆਪਾਂ ਲੱਗ ਲਗਾ ਕੇ ਜੇਕਰ ਆਪਾਂ ਵਧੀਆ ਸੰਘਰਸ਼ ਕਰ ਲਈਏ ਇੱਕ ਤਾਂ ਮੇਰਾ ਚੈਨਲ ਤੁਸੀਂ ਸਬਸਕ੍ਰਾਈਬ ਕਰਕੇ ਬੈਲ ਆਈਕਨ ਪ੍ਰੈਸ ਕਰਕੇ ਰੱਖੋ ਜਦੋਂ ਵੀ ਕੋਈ ਮੈਂ ਅਪਡੇਟ ਪਾਉਣਾ ਕਿ ਜਿਵੇਂ ਈਟੀਟੀ 5994 ਸਾਥੀ ਹੁਣ ਧਰਨਾ ਦੇਣ ਜਾ ਰਹੇ ਨੇ ਸਿੱਖਿਆ ਮੰਤਰੀ ਦੇ ਪਿੰਡ ਉਹਨਾਂ ਦੀਆਂ ਲਿਸਟਾਂ ਸੰਬੰਧੀ ਤਾਂ ਜੇਕਰ ਆਪਾਂ ਵੀ ਇਦਾਂ ਦੀ ਕੋਈ ਪੋਜ਼ਿਟਿਵਿਟੀ ਵਾਲੀ ਜਾਂ ਕੋਈ ਧਰਨਾ ਅਨਾਉਂਸ ਕਰਕੇ ਵੱਡੀ ਗਿ ਹੋ ਸਕਦਾ ਆਪਣੀ ਮੰਗ ਦਾ ਹੱਲ ਪਹਿਲਾਂ ਹੋ ਜੇ 55% ਦੀ ਦਾ ਹੋ ਸਕਦਾ ਆਪਣੀ ਜਿਹੜੀ ਪੋਸਟਾਂ ਦੀ ਗਿਣਤੀ ਉਹ ਵੀ ਵੱਧ ਜੇ ਕਿਉਂਕਿ ਜਦੋਂ ETT 635 ਭਰਤੀ ਆਈ ਸੀ ਤਾਂ 635 ਭਰਤੀ ਦੇ ਵਿੱਚ ਪੋਸਟਾਂ ਦੀ ਗਿਣਤੀ ਬਹੁਤ ਘਟਾਰੀ ਸੀ ਪਰ ਜਦੋਂ ਸੁਰਿੰਦਰਪਾਲ ਬਾਈ ਟੈਂਕੀ ਤੇ ਚੜਿਆ ਲਗਭਗ 170-80 ਦਿਨ ਉਹ ਟੈਂਕੀ ਤੇ ਰਿਹਾ ਤਾਂ ਪੋਸਟਾਂ ਦੀ ਗਿਣਤੀ 600 ਹੋ ਗਈ ਸੀ ਤਾਂ ਆਪਾਂ ਵੀ ਜੇਕਰ ਇੱਕ ਦੋ ਐਕਸ਼ਨ ਵਧੀਆਂ ਕਰ ਦਿੰਨੇ ਆ ਤਾਂ ਹੋ ਸਕਦਾ ਆਪਣੀ ਪੋਸਟਾਂ ਦੀ ਗਿਣਤੀ ਵੱਧ ਜੇ ਤੇ ਬਾਕੀ ਅਸੀਂ ਕੋਚਿੰਗ ਸੈਂਟਰਾਂ ਵਾਲਿਆਂ ਨੂੰ ਕਹਿੰਨੇ ਆ ਕਿ ਜਿਹੜੇ ਸਾਥੀ ਕੋਚਿੰਗ ਸੈਂਟਰਾਂ ਵਿੱਚ ਤਿਆਰੀ ਕਰਦੇ ਨੇ ਜਾਂ ਕਰਾਉਂਦੇ ਨੇ ਕਿ ਉਹ ਵੱਧ ਤੋਂ ਵੱਧ ਪ੍ਰਚਾਰ ਕਰਨ ਤੇ ਦੋਨੇ ਯੂਨੀਅਨਾਂ ਇਕ ਹੋ ਚੁੱਕੇ ਨੇ ਜਦੋਂ ਵੀ ਕੋਈ ਧਰਨਾ ਅਨਾਉਂਸ ਹੁੰਦਾ ਆਪਣੇ ਚੈਨਲ ਤੋਂ ਵੀਡੀਓ ਪਾ ਕੇ ਤੁਹਾਨੂੰ ਸਾਰੀ ਜਾਣਕਾਰੀ ਦੇ ਦਿੱਤੀ ਜਊਗੀ ਕਿ ਕਦੋਂ ਧਰਨਾ ਹੈ ਕਿੱਥੇ ਲੱਗਣਾ ਹੈ ਕਿਉਂਕਿ ਆਪਣਾ ਧਰਨਾ ਸਿਰਫ ਤਿੰਨ ਮੰਗਾਂ ਨੂੰ ਲੈ ਕੇ ਹੋਊਗਾ ਇੱਕ ਤਾਂ ਜਿਹੜੀ ਨਵੀਂ ਭਰਤੀ ਦੇ ਵਿੱਚ ਪੋਸਟਾਂ ਦੀ ਗਿਣਤੀ ਵੱਡੀ ਹੋਵੇ ਸ਼ਰਤ ਜਲਦੀ ਰੱਦ ਕੀਤੀ ਜਾਵੇ ਤੇ ਤੀਸਰਾ ਲੈਕਚਰਾਰ ਦਾ ਜਿਹੜਾ 1000 ਪੋਸਟਾਂ ਦੀ ਅੱਜ ਗੱਲ ਕੀਤੀ ਹੈ ਕਿ 1000 ਪੋਸਟਾਂ ਦੇ ਲੈਕ ਤਾਂ ਇਹ ਅੱਜ ਦੀ ਅਪਡੇਟ ਸੀਗੀ ਮੀਟਿੰਗ ਦੀ ਬਹੁਤ ਤੁਸੀਂ ਵੀ ਸ਼ਾਇਦ ਵੀਡੀਓ ਤੇ ਕਮੈਂਟ ਕਮੈਂਟ ਬਾਕਸ ਵਿੱਚ ਕਮੈਂਟ ਕਰੋਗੇ ਕਿ ਹਾਂ ਬਹੁਤ ਵਧੀਆ ਮੀਟਿੰਗ ਰਹੀ ਵੀ ਇਦਾਂ ਕਰਕੇ ਬਹੁਤ ਪੋਜ਼ਿਟਿਵਿਟੀ ਵਾਲੀ ਮੀਟਿੰਗ ਆਪਾਂ ਕਹਿ ਸਕਦੇ ਹਾਂ ਇੱਕ ਤਾਂ ਵੀਡੀਓ ਨੂੰ ਸ਼ੇਅਰ ਕਰ ਦਿਓ ਵੀਰ ਬਣ ਕੇ ਸਾਰੇ ਜਿਆਦਾ ਜਿਆਦਾ ਤੋਂ ਜਿਆਦਾ ਸਾਰੇ ਜਿੰਨੇ ਤੁਹਾਡੇ ਸਰਕਲ ਦੇ ਵਿੱਚ ਹੈਗੇ ਨੇ ਤੇ ਦੂਸਰਾ ਚੈਨਲ ਤੇ ਬੈਲ ਆਈਕਨ ਪ੍ਰੈਸ ਕਰ ਦਿਓ ਤੇ ਨਾਲ ਹੀ ਆਪਣਾ ਟੈਲੀਗ੍ਰam ਦੇ ਗਰੁੱਪ ਜਿਹੜੇ ਮੈਂ ਸ਼ੁਰੂ ਵਿੱਚ ਕਿਹਾ ਵੀਡੀਓ ਦੇ ਕਮੈਂਟ ਬਾਕਸ ਦੇ ਵਿੱਚ ਤੁਹਾਨੂੰ ਉਹ ਗਰੁੱਪ ਮਿਲਣਗੇ ਜਦੋਂ ਤੁਸੀਂ ਕਮੈਂਟਸ ਨੂੰ ਖੋਲੋਗੇ ਤਾਂ ਉੱਥੇ ਤੁਹਾਨੂੰ WhatsApp ਗਰੁੱਪ ਵੀ ਲਿੰਕ ਮਿਲੂ ਤੇ ਉਹਦੇ ਨੀਚੇ ਉਸੇ ਕਮੈਂਟ ਦੇ ਵਿੱਚ ਤੁਹਾਨੂੰ ਟੈਲੀਗ੍ਰਾਮ ਲਿੰਕ ਮਿਲੂਗਾ ਤੁਸੀਂ ਦੋਨਾਂ ਚੋ ਟੈਲੀਗ੍ਰਾਮ ਵੀ ਜੁਆਇਨ ਕਰ ਲਿਓ ਤੇ ਵਟਸਐਪ ਵੀ ਤਾਂ ਕਿ ਤੁਹਾਡੇ ਤੱਕ ਕੋਈ ਵੀ ਅਪਡੇਟ ਆਉਂਦੀ ਹੈ ਜੂਨੀਅਨ ਵੱਲੋਂ ਸਿੱਖਿਆ ਮੰਤਰੀ ਵੱਲੋਂ ਉਹਦੀ ਜਾਣਕਾਰੀ ਹੈ ਜਿਹੜੀ ਤੁਹਾਡੇ ਤੱਕ ਪਹੁੰਚਦੀ ਰਹੇ ਤੇ ਫਿਲਹਾਲ ਦੇ ਲਈ ਇਹੀ ਅਪਡੇਟ ਸੀਗੀ ਕੋਈ ਵੱਧ ਘੱਟ ਬੋਲਿਆ ਗਿਆ ਹੋਵੇ ਤਾਂ ਮਾਫ ਕਰਿਓ ਵੀਡੀਓ ਨੂੰ ਕਰ ਦਿਓ ਸ਼ੇਅਰ ਥੈਂਕ ਯੂ ਸੋ ਮਚ